ਵੀ ਜਵਾਕਾਂ ਦਾ ਕੀ ਕਸੂਰ ਹੈ ਜਦੋਂ ਪਿਓ ਹੀ ਇਹੋ ਜਿਹਾ ਉਹ ਮੈਂ ਕਿਹਾ ਭਾਗਵਾਨ ਨੇ ਮੈਂ ਨਹੀਂ ਦੇਖਦਾ ਜਿੱਥੇ ਮਰਜ਼ੀ ਸੌਂ ਖਵਾ ਲੈ ਯਾਰ ਜੋ ਮਰਜ਼ੀ ਜਵਾਕਾਂ ਦੀ ਸੌਂ ਖਵਾ ਲੈ ਮੈਂ ਕਿਹਾ ਪੰਡਿਤ ਜੀ ਸਿੱਧਰੇ ਤਾਂ ਤੁਸੀਂ ਵੀ ਨਹੀਂ ਹੈਗੇ ਇਹਦਾ ਮਤਲਬ ਤੁਸੀਂ ਦੇਖਦੇ ਹੋ ਹੈਲੋ ਦੋਸਤੋ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਰਾਮ ਰਾਮ ਵੈਲਕਮ ਟੂ ਬੀ ਸੀ ਵਿਦ ਭਾਜੀ ਐਕਚੁਲੀ ਮੈਂ ਗਿਆ ਸੀ ਭਾਜੀ ਕੋਲ ਬੀ ਸੀ ਕਰਨ ਵਾਸਤੇ ਹੈ ਨਾ ਬੀ ਬੀ ਸੀ ਵਿਦ ਭਾਜੀ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਅਤੇ ਭਾਜੀ ਨੇ ਉਲਟੀ ਮੇਰੀ ਬੀ ਬੀ ਕਰਤੀ ਬੀਬੀ ਕਰਤੀ ਮਤਲਬ ਤੁਸੀਂ ਸਮਝ ਹੀ ਗਏ ਹੋਵੋਗੇ ਹੈ ਨਾ ਮੁੱਦਾ ਕੀ ਸੀਗਾ ਫੋਨ ਦੇ ਲੋਕ ਦਾ ਹੁਣ ਤੁਹਾਨੂੰ ਐਂ ਲੱਗੋ ਵੀ ਫੋਨ ਦੇ ਲੋਕ ਦਾ ਕੀ ਮੁੱਦਾ ਐਕਚੁਲੀ ਮੇਰੀ ਆਪਦੀ ਪਰਸਨਲ ਪ੍ਰੋਬਲਮ ਸੀਗੀ ਮੇਰੀ ਵੀ ਨਾ ਕਹਿ ਲਓ ਸਾਰਿਆਂ ਦੀ ਹੋਈ ਹੈਗੀ ਹੈ ਮੁੱਦਾ ਕੀ ਹੈ ਵੀ ਫੋਨ 'ਤੇ ਜੇ ਲੋਕ ਲਾਈਏ ਤਾਂ ਵੀ ਮਰਦੇ ਹਾਂ ਜੇ ਫੋਨ 'ਤੇ ਲੋਕ ਨਾ ਲਾਈਏ ਤਾਂ ਵੀ ਮਰਦੇ ਹਾਂ ਕਿਉਂਕਿ ਵੇਖਣੀਆਂ ਤਾਂ ਆਪਾਂ ਨੇ ਹੁੰਦੀਆਂ ਹੀ ਹਾਂ ਯੂਟਿਊਬ ਵੀ ਦੇਖਦੇ ਹਾਂ ਫੇਸਬੁੱਕ ਵੀ ਵੇਖਦੇ ਹਾਂ ਅਤੇ ਆਪਣਾ ਵਟਸਐਪ ਵੀ ਦੇਖਦੇ ਹਾਂ ਹੈ ਨਾ ਅੱਛਾ ਹੁਣ ਮੁੱਦਾ ਕੀ ਹੈ ਮੁੱਦਾ ਇਹ ਹੈ ਵੀ ਉਹਦੇ 'ਤੇ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ ਕਈ ਵਾਰੀ ਵੀ ਨਾ ਚਾਹੁੰਦੇ ਹੋਏ ਵੀ ਬੰਦਾ ਕਈ ਵਾਰੀ ਊਈ ਸਵਾਦ ਦਾ ਮਾਰੇ ਕਲੇ ਕਲੇ ਕਰ ਦਿੰਦਾ ਅੱਛਾ ਕਈ ਤਾਂ ਇਹੋ ਜਿਹੇ ਮੇਰੇ ਵਰਗੇ ਜਿਹੜੇ ਜਿਨ੍ਹਾਂ ਨੇ ਮੈਨੂੰ ਦੱਸਿਆ ਕਹਿੰਦੇ ਤਾਂ ਅਸੀਂ ਦੇਖਦੇ ਵੀ ਨਹੀਂ ਯਾਰ ਅਤੇ ਮੈਂ ਵੀ ਉਹਨਾਂ ਨੇ ਕਹਾਂਗਾ ਦੇਖਦੇ ਤਾਂ ਤੁਸੀਂ ਜ਼ਰੂਰ ਹੋਵੋਗੇ ਚਾਹੇ ਲੁਕੋ ਕੇ ਦੇਖਦੇ ਹੋਵੋਗੇ ਕਿ ਨਹੀਂ ਹੋ ਜਾਂਦਾ ਕਦੇ ਕਦੇ ਆ ਜਾਂਦੀ ਆ ਅੱਛਾ ਜਿਹੜੇ ਨਹੀਂ ਵੀ ਦੇਖਦੇ ਉਹਨਾਂ ਨੂੰ ਵੀ ਆਉਂਦੀਆਂ ਜਿਹੜੇ ਦੇਖਦੇ ਆ ਇਹ ਉਹਨਾਂ ਨੂੰ ਵੀ ਆਉਂਦੀਆਂ ਚਲੋ ਮੈਂ ਆਪਦੀ ਹੋਈ ਗੱਲ ਕਰਦਾ ਮੈਂ ਨਹੀਂ ਦੇਖਦਾ ਫਿਰ ਵੀ ਮੈਨੂੰ ਲੋਕ ਲਾਉਣਾ ਪੈਂਦਾ ਲੋਕ ਲਾਉਣਾ ਪੈਂਦਾ ਕਿਉਂਕਿ ਜਵਾਕ ਲੈਂਦੇ ਆ ਫੋਨ ਜਵਾਕ ਲੈਂਦੇ ਆ ਹੁਣ ਫਿਰ ਘਰੇ ਕਲੇਸ਼ ਪੈਂਦਾ ਕਲੇਸ਼ ਐਂ ਪੈਂਦਾ ਵੀ ਤੁਹਾਡੀ ਭਰਜਾਈ ਲੜਨ ਲੱਗ ਜਾਂਦੀ ਆ ਉਹ ਕਹਿੰਦੀ ਵੀ ਫੋਨ 'ਤੇ ਲੋਕ ਕਿਉਂ ਲਾਉਣਾ ਸਿਆਣਾ ਮਾਣਾ ਬੰਦਾ ਤੂੰ ਹੁਣ ਇਸ ਉਮਰ 'ਚ ਫੋਨ 'ਤੇ ਲੋਕ ਲਾ ਕੇ ਲੁਕਾਉਣਾ ਕੀ ਹੈ ਅੱਛਾ ਜੇ ਮੈਂ ਲੋਕ ਨਹੀਂ ਲਾਉਂਦਾ ਤਾਂ ਫਿਰ ਇਹੋ ਜਿਹਾ ਕੁਛ ਸਾਹਮਣੇ ਆ ਜਾਂਦਾ ਫੇਸਬੁੱਕ 'ਤੇ ਯੂਟਿਊਬ 'ਤੇ ਵੀ ਜਵਾਕਾਂ ਤੋਂ ਉਹ ਘਰ ਦੇ ਵਿੱਚ ਨਹੀਂ ਚੰਗਾ ਲੱਗਦਾ ਇਹੋ ਜਿਹਾ ਕੁਛ ਦੇਖਣਾ ਦਿਖਾਉਣਾ ਤੁਸੀਂ ਸਮਝਦੇ ਹੀ ਹੋ ਅੱਛਾ ਇਹ ਮੁੱਦਾ ਹੱਲ ਤਾਂ ਇਹਦਾ ਹੈਗਾ ਹੱਲ ਵੀ ਤੁਹਾਨੂੰ ਮੈਂ ਦੱਸੂੰਗਾ ਮੈਨੂੰ ਵੀ ਭਾਜੀ ਨੇ ਦੱਸਿਆ ਸਾਰਾ ਕੁਛ ਕਰਨ ਤੋਂ ਬਾਅਦ ਵੀ ਇਹਦਾ ਆਹ ਹੱਲ ਹੈ ਤੁਹਾਨੂੰ ਵੀ ਮੈਂ ਦੱਸਦਾ ਅਸਲ 'ਚ ਮੁੱਦਾ ਸ਼ੁਰੂ ਕਿਵੇਂ ਹੋਇਆ ਸ਼ੁਰੂ ਹੋਇਆ ਜਦੋਂ ਦਾ ਜਿਵੇਂ ਜਵਾਕਾਂ ਨੂੰ ਇੰਟਰਨੈਟ 'ਤੇ ਜਾਂ ਔਨਲਾਈਨ ਕੰਮ ਆਉਣ ਲੱਗ ਗਿਆ ਔਨਲਾਈਨ ਕਲਾਸਾਂ ਲੱਗਣ ਲੱਗ ਗਈਆਂ ਹੁਣ ਜੇ ਉਹਨਾਂ ਨੂੰ ਫੋਨ ਲੈ ਕੇ ਦਿੰਦੇ ਆ ਤਾਂ ਵੀ ਮਰਦੇ ਆ ਜੇ ਫੋਨ ਨਹੀਂ ਲੈ ਕੇ ਦਿੰਦੇ ਤਾਂ ਵੀ ਮਰਦੇ ਆ ਕਿਉਂਕਿ ਕੰਮ ਸਾਰਾ ਫੋਨ 'ਤੇ ਆਉਂਦਾ ਅੱਛਾ ਹੁਣ ਫੋਨ ਉਹਨਾਂ ਨੂੰ ਦੇਤਾ ਹੁਣ ਆਪਾਂ 24 ਘੰਟੇ ਤਾਂ ਉਹਦੇ ਕੋਲੇ ਬੈਠੇ ਨਹੀਂ ਦਿੰਦੇ ਜਾਂ ਘੰਟਾ 2 ਘੰਟਾ 4 ਘੰਟੇ ਜਿੰਨੇ ਚਿਰ ਕਲਾਸ ਲੱਗਦੀ ਆਪਾਂ ਨਹੀਂ ਕੋਲੇ ਬਹਿ ਸਕਦੇ ਆਪਾਂ ਨੂੰ ਆਪਦੇ ਵੀ ਕੰਮ ਹੁੰਦੇ ਆ ਹੈ ਕਿ ਨਹੀਂ ਅਤੇ ਹੁਣ ਐਂ ਨਹੀਂ ਪਤਾ ਲੱਗਦਾ ਵੀ ਉਹ ਫੋਨ 'ਤੇ ਵੇਖੀ ਕੀ ਜਾਂਦਾ ਹੋ ਸਕਦਾ ਕਈ ਵਾਰੀ ਆਪਾਂ ਚੈੱਕ ਕਰਨ ਮਾਰੇ ਆ ਵੀ ਜਾਂਦੇ ਹਾਂ ਫਿਰ ਉਹ ਉਂਗਲਾਂ ਜੀਆਂ ਮਾਰ ਕੇ ਅਤੇ ਫਿਰ ਆਪਦੇ ਵਾਲਾ ਖੋਲ੍ਹ ਲੈਂਦੇ ਆ ਵੀ ਮੈਂ ਤਾਂ ਪੜ੍ਹੀ ਜਾਂਦਾ ਸੀ ਹੁਣ ਆਪਾਂ ਅੰਤਰਯਾਮੀ ਤਾਂ ਹੈ ਨਹੀਂ ਵੀ ਆਪਾਂ ਪਿੱਛੇ ਖੜ੍ਹ ਕੇ ਦੇਖ ਲਾਂਗੇ ਜੋ ਉਹ ਕੁਛ ਦੇਖ ਲਾਂਗੇ ਕਿਉਂਕਿ ਜਵਾਕ ਵੀ ਸਿਆਣੇ ਅੱਜ ਕੱਲ੍ਹ ਉਹਨਾਂ ਨੂੰ ਵੀ ਸਾਰਾ ਕੁਛ ਪਤਾ ਜਿੱਥੋਂ ਆਪਾਂ ਜਿੱਥੇ ਆਪਾਂ ਖਤਮ ਹੁੰਦੇ ਹਾਂ ਉੱਥੋਂ ਜਵਾਕ ਸ਼ੁਰੂ ਹੁੰਦੇ ਆ ਅੱਜ ਦੇ ਅੱਛਾ ਹੁਣ ਇਸ ਚੀਜ਼ ਦਾ ਕਲੇਸ਼ ਘਰੇ ਪੈ ਗਿਆ ਵੀ ਉਹ ਕਹਿੰਦੇ ਵੀ ਤੂੰ ਲੋਕ ਕਿਉਂ ਲੱਗ ਰਿਹਾ ਮੈਂ ਉਹਨੂੰ ਦੱਸਿਆ ਵੀ ਇੱਦਾਂ ਦਾ ਕਰਕੇ ਨਾ ਵੀ ਕਈ ਵਾਰੀ ਅਸ਼ਲੀਲ ਵੀਡੀਓਜ਼ ਜਾਂ ਕੋਈ ਫੋਟੋਆਂ ਆ ਜਾਂਦੀਆਂ ਹੈਗੀਆਂ ਹੈ ਨਾ ਚਲੋ ਮੈਂ ਨਹੀਂ ਇੰਨਾ ਇੰਟਰਸਟ ਲੈਂਦਾ ਜਾਂ ਲੋਕ ਤਰ੍ਹਾਂ ਤਰ੍ਹਾਂ ਦੇ ਲੋਕ ਪਏ ਹੈਗੇ ਆ ਜਾਂ ਫੇਸਬੁੱਕ ਵਾਲੇ ਜਾਂ ਯੂਟਿਊਬ ਵਾਲੇ ਭੇਜ ਦਿੰਦੇ ਆ ਉਹ ਇੰਟਰਸਟ ਦੇਖ ਲੈਂਦੇ ਹੈਗੇ ਆ ਜਾਂ ਕਿਸੇ ਦਾ ਇੰਟਰਸਟ ਨਹੀਂ ਵੀ ਹੁੰਦਾ ਫਿਰ ਵੀ ਉਹਨੂੰ ਭੇਜ ਦਿੰਦੇ ਹੈਗੇ ਆ ਬਸ ਹੁਣ ਤੁਸੀਂ ਆਪ ਸਮਝ ਗਏ ਕਿੱਦਾਂ ਦੀਆਂ ਵੀਡੀਓਜ਼ ਹੈਗੀਆਂ ਕੋਈ ਕੁਛ ਕਰੀ ਕੋਈ ਮਤਲਬ ਕਿ ਜਿਹੜਾ ਆਪਣਾ ਕਲਚਰ ਸੀਗਾ ਇੰਡੀਆ ਦਾ ਕਲਚਰ ਹੈ ਨਾ ਇੰਡੀਆ ਦਾ ਕਲਚਰ ਉਹ ਤੋਂ ਬਾਅਦ ਆਪਣੇ ਪੰਜਾਬ ਦਾ ਸੱਭਿਆਚਾਰ ਕੀ ਸੀਗਾ ਕਲਚਰ ਕੀ ਸੀਗਾ ਉਹ ਸਾਰਾ ਕੁਝ ਬਸ ਆਇਆ ਸਾਨੂੰ ਵੀ ਭਾਂਡੇ 'ਚ ਹੀ ਵੜਿਆ ਪਿਆ ਆਪਾਂ ਕੋਸ਼ਿਸ਼ ਕਰਦੇ ਹਾਂ ਵੈਸਟਰਨ ਕਲਚਰ ਨੂੰ ਅਡੋਪਟ ਕਰਨ ਦੀ ਪੂਰੀ ਤਰ੍ਹਾਂ ਆਪਾਂ ਉਹ ਕਰ ਨਹੀਂ ਸਕਦੇ ਅਤੇ ਆਪਣੇ ਵਾਲਾ ਆਪਾਂ ਛੱਡੀ ਜਾਂਦੇ ਹਾਂ ਆਪਾਂ ਮਤਲਬ ਵਿਚਾਲੇ ਜੀ ਹੈ ਨਾ ਆਪਾਂ ਇੱਧਰ ਦੇ ਤਰ੍ਹਾਂ ਨਾ ਇੱਧਰ ਦੇ ਉਹ ਕਹਿੰਦੇ ਹੁੰਦੇ ਨਾ ਵੀ ਧੋਬੀ ਦਾ ਕੁੱਤਾ ਨਾ ਘਰ ਕਾ ਨਾ ਘਾਟ ਕਾ ਆਪਾਂ ਉਹ ਬਣੇ ਪਏ ਹਾਂ ਅੱਜ ਕੱਲ੍ਹ ਅੱਛਾ ਇਹਦੇ ਵਿੱਚ ਹੁੰਦਾ ਕੀ ਹੈ ਮਤਲਬ ਤੁਸੀਂ ਮੰਨ ਲਓ ਤੁਹਾਡਾ ਜਮਾਂ ਇੰਟਰਸਟ ਨਹੀਂ ਹੈਗਾ ਕੋਈ ਨਾ ਕੋਈ ਉਹੋ ਜਿਹੀ ਚੀਜ਼ ਆ ਜਾਂਦੀ ਹੈ ਵੀਡੀਓ ਆਪਾਂ ਖੋਲ੍ਹਣੀ ਕੋਈ ਹੋਰ ਹੁੰਦੀ ਹੈ ਅਤੇ ਉਹਦੇ 'ਤੇ ਉਂਗਲ ਲੱਗ ਗਈ ਮੰਨ ਲਓ ਠੀਕ ਹੈ ਆਪਾਂ ਨਹੀਂ ਦੇਖੀ ਉਹਨੂੰ ਫਟਾਫਟ ਬੰਦ ਕਰਕੇ ਪਕਾਦਾ ਪਰ ਯੂਟਿਊਬ ਵਾਲਿਆਂ ਨੂੰ ਕੌਣ ਦੱਸੂਗਾ ਵੀ ਤੁਸੀਂ ਇੰਟਰਸਟਡ ਨਹੀਂ ਹੈਗੇ ਫੇਸਬੁੱਕ ਵਾਲਿਆਂ ਨੂੰ ਕੌਣ ਦੱਸੂਗਾ ਤੁਸੀਂ ਇੰਟਰਸਟਡ ਨਹੀਂ ਹੈਗੇ ਉਹਨਾਂ ਨੂੰ ਐਂ ਵੀ ਤੁਸੀਂ ਖੋਲ੍ਹ ਲਈ ਬੇਸ਼ੱਕ ਤੁਸੀਂ 1 ਸਕਿੰਟ ਦੇਖੀ 2 ਸਕਿੰਟ ਦੇਖੀ ਬੰਦ ਕਰਦੇ ਕਰਦੇ ਹੀ ਨਹੀਂ ਤੁਹਾਨੂੰ 2-4 ਸਕਿੰਟ ਹੋ ਗਏ ਮੰਨ ਲਓ ਉਹਨਾਂ ਨੂੰ ਤਾਂ ਐਂ ਹੋ ਗਿਆ ਵੀ ਬੰਦਾ ਇੰਟਰਸਟ ਲੈ ਰਿਹਾ ਉਹ ਭੇਜਣਾ ਸ਼ੁਰੂ ਕਰ ਦਿੰਦੇ ਆ ਮੈਨੂੰ ਵੀ ਕਈ ਵਾਰੀ ਮੈਂ ਕਿਸੇ ਕੋਲ ਬੰਦੇ ਕੋਲ ਜਾਂਦਾ ਗੱਲ ਕਰਦੇ ਹੈਗੇ ਹੈ ਨਾ ਇੱਕ ਪੰਡਿਤ ਜੀ ਕੋਲ ਜਾ ਵੜਿਆ ਮੈਂ ਅਤੇ ਇੱਕ ਗਿਆਨੀ ਜੀ ਸੀਗੇ ਹੁਣ ਉਹ ਮੈਨੂੰ ਦੱਸਣ ਲੱਗ ਗਏ ਪ੍ਰੋਬਲਮ ਇਹ ਕਹਿੰਦੇ ਯਾਰ ਇੱਦਾਂ ਦਾ ਕਰਕੇ ਨਾ ਮੇਰੇ ਫੋਨ 'ਚ ਆ ਜਾਂਦੀਆਂ ਮੈਂ ਕਿਹਾ ਪੰਡਿਤ ਜੀ ਸਿੱਧਰੇ ਤਾਂ ਤੁਸੀਂ ਵੀ ਨਹੀਂ ਹੈਗੇ ਇਹਦਾ ਮਤਲਬ ਤੁਸੀਂ ਦੇਖਦੇ ਹੋ ਉਹ ਕਹਿੰਦੇ ਨਹੀਂ ਯਾਰ ਅਸੀਂ ਦੇਖਦੇ ਨਹੀਂ ਹੈਗੇ ਬਸ ਮੂਹਰੇ ਆ ਜਾਂਦੀਆਂ ਕਈ ਹੁਣ ਸਾਨੂੰ ਤਾਂ ਆਪ ਨੂੰ ਸ਼ਰਮ ਆਉਂਦੀ ਹੈਗੀ ਆ ਪਰ ਸ਼ਰਮ ਦਾ ਯੂਟਿਊਬ ਫੇਸਬੁੱਕ ਨਹੀਂ ਨਾ ਦੇਖਦੀ ਵੀ ਇਹਨੂੰ ਸ਼ਰਮ ਆਉਂਦੀ ਹੈ ਜਾਂ ਕਿਵੇਂ ਦੇਖਦੀ ਹੈ ਦਿਖਦਾ ਨਹੀਂ ਨਾ ਬੰਦਾ ਉਹਦੇ 'ਚ ਹੈ ਨਾ ਹੁਣ ਉਹਨਾਂ ਨੂੰ ਮੈਂ ਵੀ ਇਹੀ ਕਿਹਾ ਸੀਗਾ ਵੀ ਤੁਸੀਂ ਦੇਖਦੇ ਹੋਵੋਗੇ ਅਤੇ
ਜਨਾਨੀਆਂ ਵੀ ਆਪਾਂ ਨੂੰ ਐਂ ਕਹਿੰਦੀਆਂ ਵੀ ਤੁਸੀਂ ਦੇਖਦੇ ਹੋਗੇ ਤਾਂ ਤੁਹਾਡੇ ਕੋਲ ਆਉਂਦੀਆਂ ਹੈਗੀਆਂ। ਉਹ ਕਹਿੰਦੀ ਵੀ ਜਵਾਕਾਂ ਦਾ ਕੀ ਕਸੂਰ ਹੈ ਜਦੋਂ ਪਿਓ ਹੀ ਇਹੋ ਜਿਹਾ। ਉਹ ਮੈਂ ਕਿਹਾ ਭਾਗਵਾਨ ਨੇ ਮੈਂ ਨਹੀਂ ਦੇਖਦਾ, ਜਿੱਥੇ ਮਰਜ਼ੀ ਸਹੁੰ ਪਵਾ ਲਾ ਯਾਰ, ਜੋ ਮਰਜ਼ੀ ਜਵਾਕਾਂ ਦੀ ਸਹੁੰ ਪਵਾ ਲਾ। ਪਰ ਭਰਾਵਾ ਜਨਾਨੀਆਂ ਨਹੀਂ ਮੰਨਦੀਆਂ, ਨਹੀਂ ਮੰਨਦੀਆਂ, ਚਾਹੇ ਕਿਸੇ ਦੀ ਹੋਵੇ ਨਹੀਂ ਮੰਨਦੀ। ਅਤੇ ਬੰਦਾ ਜਿੱਡਾ ਮਰਜ਼ੀ ਸ਼ਰੀਫ ਹੋਵੇ ਹੈ ਨਾ, ਕਿਉਂਕਿ ਯੂਟਿਊਬ ਫੇਸਬੁੱਕ ਨੇ ਆਪਦੇ ਹਿਸਾਬ ਨਾਲ ਚੱਲਣਾ, ਬੰਦੇ ਦੇ ਹਿਸਾਬ ਨਾਲ ਨਹੀਂ ਚੱਲਣਾ ਗਾ। ਹੁਣ ਇਹਦਾ ਇੱਕ ਹੱਲ, ਮੈਂ ਕਈ ਬੰਦਿਆਂ ਨਾਲ ਗੱਲਬਾਤ ਕੀਤੀ, ਉਹ ਮੈਂ ਉਹਨਾਂ ਨੂੰ ਪੁੱਛਿਆ ਵੀ ਹੱਲ ਕੀ ਆ, ਆਈ ਟੀ ਵਾਲਿਆਂ ਨੂੰ ਪੁੱਛਿਆ ਜਾਂ ਹੋਰ ਜਿਹੜੇ ਸੂਝਵਾਨ ਹੈਗੇ ਆ ਭਾਜੀ ਵਰਗੇ ਹੈਗੇ ਆ, ਉਹ ਜਿਹੜੀ ਦੇਖਣ ਨੂੰ ਇਹੋ ਜਿਹਾ ਲੱਗਦਾ ਬੰਦੇ ਸ਼ਰੀਫ, ਉਹਨਾਂ ਨੂੰ ਮੈਂ ਪੁੱਛਿਆ ਮੈਂ ਭਾਜੀ ਇਹਦਾ ਹੱਲ ਦੱਸੋ ਤੁਸੀਂ, ਹੁਣ ਗਾਲਾਂ ਤਾਂ ਕੱਢ ਲਈਆਂ ਮੈਨੂੰ ਵੀ, ਤੂੰ ਦੇਖਦਾ ਐਂ ਕਰਦਾ ਇਹ ਕਰਦਾ ਉਹ ਕਰਦਾ ਹੈ ਨਾ, ਵੀ ਹੁਣ ਮੈਨੂੰ ਇਹਦਾ ਹੱਲ ਵੀ ਦੱਸੋ ਵੀ ਹੱਲ ਕੀ ਇਹਦਾ। ਅੱਛਾ ਉਹਦਾ ਹੱਲ ਕੀ ਹੈ ਵੀ ਜਿਹੜੇ ਉਹ ਫੇਸਬੁੱਕ ਜਾਂ ਯੂਟਿਊਬ ਦੇ ਰਾਈਟ ਸਾਈਡ ਦੇ ਟੋਪ ਦੇ ਉੱਤੇ ਤਿੰਨ ਡੋਟ ਜਿਹੇ ਬਣੇ ਹੁੰਦੇ ਹਨ, ਉਹਨੂੰ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਉਹਦੇ ਆਪਸ਼ਨ ਆਉਂਦੀ ਹੈ ਰਿਪੋਰਟ ਦੀ। ਉਸ ਰਿਪੋਰਟ ਨੂੰ ਜਦੋਂ ਤੁਸੀਂ ਕਲਿੱਕ ਕਰੋਗੇ ਅੱਗੇ ਵਲਗਰ ਦੀ ਆਪਸ਼ਨ ਆਉਂਦੀ ਹੈ, ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਉਹਨੂੰ ਐਂ ਛੱਡ ਦਿਓ, ਫਿਰ ਤਾਂ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਅਤੇ ਜੇ ਨਹੀਂ ਦੇਖਣਾ ਚਾਹੁੰਦੇ ਤਾਂ ਵਲਗਰ 'ਤੇ ਕਲਿੱਕ ਕਰ ਦਿਉ, ਉਸ ਤੋਂ ਬਾਅਦ ਉਹ ਵੀਡੀਓਜ਼ ਤੁਹਾਨੂੰ ਆਉਣੀਆਂ ਬੰਦ ਹੋ ਜਾਣਗੀਆਂ। ਸਭ ਨੂੰ ਵੱਡੀ ਗੱਲ ਆ ਇਹ, ਵੀਡੀਓਜ਼ ਚਲਾਉਂਦੀਆਂ ਨੇ, ਘਰੋਂ ਕਲੇਸ਼ ਮੁੱਕ ਜੂਗਾ। ਅੱਛਾ ਅੱਜ ਦਾ ਇਹ ਮੁੱਦਾ ਮੁੱਦਾ ਨਾ ਹੋ ਕੇ ਵੀ ਬਹੁਤ ਵੱਡਾ ਮੁੱਦਾ ਹੈ, ਕਿਉਂਕਿ ਹਰੇਕ ਘਰ ਦੀ ਕਹਾਣੀ ਹੈ ਨਾ। ਅੱਜ ਦਾ ਇਹ ਮੁੱਦਾ ਤੁਹਾਨੂੰ ਕਿੱਦਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਨਾਲੇ ਆਪਦਾ ਐਕਸਪੀਰੀਅੰਸ ਜ਼ਰੂਰ ਦੱਸਿਓ ਵੀ ਤੁਹਾਡੇ ਵੀ ਘਰੇ ਇਹਨਾਂ ਚੀਜ਼ਾਂ ਕਰਕੇ ਲੜਾਈ ਹੁੰਦੀ ਹੈ ਜਾਂ ਨਹੀਂ ਹੁੰਦੀ। ਅਤੇ ਕੱਲ੍ਹ ਫਿਰ ਇੱਕ ਨਵੇਂ ਮੁੱਦੇ ਦੇ ਨਾਲ ਮਿਲਾਂਗੇ ਜਿਹੜਾ ਆਪਣੇ ਸਾਰਿਆਂ ਦੇ ਕੰਮ ਦਾ ਹੋਊਗਾ। ਵੈਸੇ ਅਸੀਂ ਫਾਲਤੂ ਕੋਈ ਮੁੱਦਾ ਲੈ ਕੇ ਨਹੀਂ ਆਉਂਦੇ, ਪਰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਯਾਰ, ਲਾਈਕ ਬਹੁਤ ਘੱਟ ਕਰ ਦਿਓ ਤੁਸੀਂ, ਆਪਾਂ ਨੂੰ ਇਸ ਚੀਜ਼ ਦਾ ਬੜਾ ਗੁੱਸਾ ਤੁਹਾਡੇ ਨਾਲ। ਠੀਕ ਹੈ ਭਾਅ ਜੀ, ਕੱਲ੍ਹ ਮਿਲਦੇ ਹਾਂ ਫਿਰ, ਓਕੇ, ਸ਼ੱਬਾ ਖੈਰ।